लोकसभा ते राज्यसभा दे विच ये दोनों बिल जिहड़े खत्म हो चुके हैं, जिथे ये बहुत खुशी का दिन आ। अज असी उन्हां किसानां नूं श्रद्धांजलि अर्पण करन लई कैंडल मार्च कढ़िया, क्योंकि असी अपने शहीदां नूं कदे भी नहीं विसार सकते। एक साल तो साडे बजुर्गां नौजवान मातावां भैणां ने इस मोर्चे विच वध चढ़ के हिस्सा लिया। सरकार तो मंग करते हैं कि उन्हां शहीदां नूं उन्हां दे बच्चों नूं संभालण लई, उन्हां दे घरां दी सांभ संभाल लई, उन्हां दे बच्चों नूं नौकरी दित्ती जावे और उन्हां दा जो भी बनता मुआवजा आ वह जरूर दिता जावे जी। जो भी किसान किसी भी सूबे के शहीद होए हैं उन्हां दे पहल के आधार पर सानूं ये मसले हल करने चाहिए आ। किसानां दी वड्डी जित होई है खेतीबाड़ी कानून लोक सभा ते राज सभा दे विच, खेतीबाड़ी कानून लोक सभा ते राज सभा दे विच रद्द हो गए ने और खुशी भी मनाई जा रही है, पर उत्थे ही जो किसान शहीद होए है सैकड़े किसानां दी शहादत हुई है उन्हां नूं भी भुलिया नहीं जा सकता। कैंडल मार्च कढ़िया जा रहा सिंघू बॉर्डर तो सीधियां तस्वीरां दिखा रहे तुहानूं, जिथे उन्हां शहीद किसानां दी याद विच कैंडल मार्च कढ़िया जा रहा। निहंग सिंह जथेबंदियां ने और NRI भरावां दा भी वड्डा सपोर्ट रहा इस अंदोलन नूं। भाई बरजिंदर सिंह हुसैनपुर हुणी और निहंग सिंह जथेबंदियां दे जो आगू ने वो और हरदीप सिंह डिबडिबा, बापू हरदीप सिंह डिबडिबा हुणी जो कि शहीद नवरीत दे दादा जी ने, वो भी इस कैंडल मार्च दे विच शामिल ने और तस्वीर दिखा रहे तुहानूं सिद्धी। और तस्वीर जिहड़ी आ दिखा रहे तुहानूं पहला जो कैंडल मार्च है सिंघू बॉर्डर की स्टेज ते जा रहा, सिंघू बॉर्डर की स्टेज तो फिर अगे, क्योंकि यह वो स्टेज है जिथों वड्डे फैसले हुंदे रहे, जिसने जिन्हां फैसलियां ने सरकार नूं झुकण ते मजबूर किया, ये वह स्टेज है। और तस्वीर भी तुहानूं दिखा रहे हैं सीधी। वाहेगुरु जी का खालसा, वाहेगुरु जी की फतेह। बहुत सारे किसानां दी पहला अरदास बेनती ना करदी है, पहला अरदास करदी है किथे बाबा जी, ओह सिंघू बॉर्डर दी स्टेज तो तस्वीर सीधी तुहानूं दिखा रहे हैं और अरदास उपरंत जो कैंडल मार्च है शहीदां नूं समर्पित, शहीदां नूं याद किया जा रहा। ਸਿਮਰੀ ਹੈ
ਕਰਨੋਂ ਨੇ ਦਿਆਵੇ ਤਾਂ ਸਭ ਤਾਂ ਹੀ ਹੋਏ ਸਹਾਏ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸਭ ਤਾਂ ਹੀ ਹੋਣਾ ਸਹਾਏ ਦਸਾਂ ਪਾਸਿਆਂ ਜੋਤ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀਦਾਰ ਦਾ ਧਿਆਨ ਧਰ ਕੇ ਖਾਲਸਾ ਜੀ ਬੋਲਣਾ ਸ੍ਰੀ ਵਾਹਿਗੁਰੂ ਗੁਰੂ ਜੀ ਦੇ ਪੰਜ ਪਿਆਰੇ ਚਾਰ ਸਾਹਿਬਜ਼ਾਦੇ 40 ਮੂਤੇ ਹੱਟੀਆਂ ਜੱਪੀਆਂ ਤਪੀਆਂ ਨਾਮ ਜੱਪੇ ਬਣ ਸਕੇ ਦੇਹ ਚਲਾਈ ਤੇ ਵਾਹੀ ਦੇਖ ਕੇ ਅਣ ਰਿਖੀ ਦਾ ਧਨਾ ਪਿਆਰਿਆਂ ਚਰਨ ਦੀ ਕਮਾਈ ਦੇ ਧੰਨ ਧਰ ਕੇ ਖਾਲਸਾ ਜੀ ਬੋਲਣਾ ਸ੍ਰੀ ਵਾਹਿਗੁਰੂ ਜਿੰਨਾ ਸਿੰਘਾਂ ਸਿੰਘਾਂ ਤਨਵੇਜ ਤੇ ਬੰਦ ਬੰਦ ਕਟਾਏ ਕੋਪਰੇ ਰਹਾਈ ਚੜਖਾਂ ਚੜੇ ਗੁਰਦੇਵ ਸਿੰਘ ਵਾਲੇ ਕਰਮ ਨੇ ਧਰਮ ਨੇ ਹਾਰਿਆ ਸਿੱਖੀ ਕੇਸਾਂ ਸੁਆਸਾਂ ਸੰਗਨ ਵਾਹੀ ਤਿੰਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲਣਾ ਸ੍ਰੀ ਵਾਹਿਗੁਰੂ ਬੁੱਢਾ ਦਲ ਤਰਨੇ ਦਲਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲਣਾ ਸ੍ਰੀ ਵਾਹਿਗੁਰੂ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਧਿਆਨ ਧਰ ਕੇ ਖਾਲਸਾ ਜੀ ਬੋਲਣਾ ਸ੍ਰੀ ਵਾਹਿਗੁਰੂ ਸਰਬੱਤ ਖਾਲਸਾ ਜੀ ਗੁਰਦਾਸ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚਿਤਿਆ ਵਾ ਚਿਤਿਆ ਹੁਣ ਕਹਿ ਸਕਾ ਸਭ ਸੁਖ ਵਜਾਂ ਜਾਂ ਖਾਲਸਾ ਜੀ ਤਾਂ ਹਰ ਸ਼ਾਇਦ ਦੇਗ ਤੇਗ ਬਿਰਦ ਕੀ ਪਾਏ ਪੰਥ ਕੀ ਜੀ ਸ੍ਰੀ ਸਾਹਿਬ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲਣਾ ਸ੍ਰੀ ਵਾਹਿਗੁਰੂ ਬਖਸੋ ਮਾ ਸਿੱਖਾਂ ਸਖੀ ਦਾਨ ਕਿਹ ਦਾਨ ਰਹਿ ਦਾਨ ਵੇਗ ਦਾਨ ਵਸਾ ਦਾਨ ਭੋਸਾ ਦਾਨ ਦਾਨਾ ਸਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਇਸ਼ਨਾਨ ਚੌਂਕੀਆਂ ਝੰਡੇ ਵੰਗੇ ਜੋਗੋ ਜੋਗ ਟਲ ਧਰਮ ਗਾ ਜੈਕਾਰਾ ਖਾਲਸਾ ਬੋਲਣਾ ਸ੍ਰੀ ਵਾਹਿਗੁਰੂ ਪਾਤ ਸਾਹਿਬ ਤੇਰੇ ਗੁਰਸਿੱਖਾਂ ਦਾ ਮਾਨੀ ਮੈਂ ਮਤ ਉੱਚੀ ਮਤ ਮਤ ਕਾਰਾ ਖਾ ਵਾਹਿਗੁਰੂ ਸ੍ਰੀ ਨਨਕਾਣਾ ਸਾਹਿਬ ਪੰਜਾਬ ਸਾਹਿਬ ਤੇ ਹੋ ਗੁਰਧਾਮਾਂ ਤੋਂ ਜਿਨ੍ਹਾਂ ਤੋਂ ਖਾਲਸਾ ਪੰਥ ਨੂੰ ਵਿਛੋੜਿਆ ਗਿਆ ਹੈ ਜੀ ਖੁੱਲ੍ਹੇ ਦਰਸ਼ਨ ਦੇ ਦਾਰ ਤੇ ਸੇਵਾ ਸੰਭਾਲਣ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ਿਸ਼ ਕਰੋ ਹੇ ਨਿਵਾਣੇ ਨਿਵਾਨ ਸਤਿਗੁਰੂ ਜੀ ਨੀ ਦਾਣੇ ਨਦਾਣ ਸਤਿਗੁਰੂ ਜੀ ਧੰਨ ਧੰਨ ਗੁਰੂ ਨਾਨਕ ਦੇਵ ਮਹਾਰਾਜ ਧੰਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਜੋਦੜੀ ਹੈ ਸੂਰਾ ਸੋ ਪਹਿਚਾਨਿਆ ਜੋਲਰੇ ਦਿਨ ਕੀ ਹੇਤ ਪੁਰਜਾ ਪੁਰਜਾ ਕਟਮਲੇ ਧਨ ਕਹੂੰ ਨਾ ਸਾਡੇ ਖੇਤ ਦੇ ਮਹਾਨ ਵਾਕ ਅਨੁਸਾਰ ਸਤਿਗੁਰੂ ਮਹਾਰਾਜ ਇੱਕ ਸਾਲ ਤੋਂ ਲੈ ਕੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਸਮੂਹ ਨਿਹੰਗ ਸਿੰਘ ਦਲਾਂ ਮੰਥਾਂ ਵੱਲੋਂ ਪੰਥ ਵੱਲੋਂ ਸੱਚੇ ਪਾਤਸ਼ਾਹ ਦੇ ਨੌਜਵਾਨ ਸਭਾ ਵੱਲੋਂ ਸਾਰਿਆਂ ਵੱਲੋਂ ਰਲ ਮਿਲ ਕੇ ਸੱਚੇ ਪਾਤਸ਼ਾਹ ਜੀਓ ਤਿੰਨ ਜੋ ਬਿੱਲ ਸੱਚੇ ਪਾਤਸ਼ਾਹ ਦੀ ਭਾਰਤ ਸਰਕਾਰ ਨੇ ਲਾਗੂ ਕੀਤੇ ਸੀ ਉਹਨਾਂ ਨੂੰ ਰੱਦ ਕਰਾਉਣ ਵਾਸਤੇ ਮੋਰਚੇ ਲਾਏ ਸਨ ਚੱਲਦੇ ਹੋਏ ਮੋਰਚੇ ਦੇ ਦੌਰਾਨ ਸਤਿਗੁਰੂ ਮਹਾਰਾਜ ਜੀਓ ਅਨੇਕਾਂ ਕਿਸਾਨ ਵੀਰਾਂ ਨੇ ਸਿੰਘਾਂ ਨੇ ਸੱਚੇ ਪਾਤਸ਼ਾਹ ਜੀ ਬੀਬੀਆਂ ਨੇ ਇਸ ਮੋਰਚੇ ਦੇ ਵਿੱਚ ਸ਼ਹੀਦੀਆਂ ਬਰਾਮਦ ਕੀਤੀਆਂ ਹਨ ਭਾਈ ਨਵਰੀਤ ਸਿੰਘ ਜੀ ਡਿਬ ਡਿਬਾ ਬਾਬਾ ਰਾਮ ਸਿੰਘ ਜੀ ਸਿੰਘੜੇ ਵਾਲੇ ਹੋਰ ਅਨੇਕ ਹੀ ਕਿਸਾਨਾਂ ਨੇ ਬੀਬੀਆਂ ਨੇ ਸੱਚੇ ਪਾਤਸ਼ਾਹ ਸ਼ਹੀਦੀ ਦਿੱਤੀ ਹੈ ਸਾਰੇ ਪੰਥ ਵੱਲੋਂ ਸੰਯੁਕਤ ਮੋਰਚੇ ਵੱਲੋਂ ਸੱਚੇ ਪਾਤਸ਼ਾਹ ਜੀ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਜਾਂਦੇ ਹਨ ਅੱਜ ਸਤਿਗੁਰੂ ਜੀ ਆਪ ਜੀ ਦੀ ਅਪਾਰ ਕਿਰਪਾ ਦੇ ਨਾਲ ਸਤਿਗੁਰੂ ਮਹਾਰਾਜ ਜਿਹੜੇ ਬਿੱਲਾਂ ਦੀ ਵਾਪਸੀ ਹੋਈ ਹੈ ਰੱਦ ਹੋਏ ਹਨ ਸਤਿਗੁਰੂ ਮਹਾਰਾਜ ਸਾਰੇ ਪੰਥ ਵੱਲੋਂ ਸੰਯੁਕਤ ਮੋਰਚੇ ਵੱਲੋਂ ਸੱਚੇ ਪਾਤਸ਼ਾਹ ਨੌਜਵਾਨਾਂ ਵੱਲੋਂ ਸਾਰੇ ਸਿੰਘਾਂ ਨੂੰ ਸ਼ਹੀਦਾਂ ਨੂੰ ਸੱਚੇ ਪਾਤਸ਼ਾਹ ਜੀ ਸ਼ਰਧਾਂਜਲੀਆਂ ਭੇਟ ਕੀਤੀਆਂ ਜਾਂਦੀਆਂ ਹਨ ਆਪ ਜੀਆਂ ਦਾ ਕੋਟਾਨ ਕੋਟ ਧੰਨਵਾਦ ਵੀ ਹੈ ਸਤਿਗੁਰੂ ਮਹਾਰਾਜ ਸਾਰੇ ਪੰਥ ਵੱਲੋਂ ਮੋਰਚੇ ਵੱਲੋਂ ਕਿ ਆਪ ਜੀ ਨੇ ਕਿਰਪਾ ਕਰਕੇ ਇਹ ਮੋਰਚੇ ਦੀ ਜਿੱਤ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਪੰਥ ਨੂੰ ਦਿੱਤੀ ਹੈ ਸਤਿਗੁਰੂ ਮਹਾਰਾਜ ਕਿਰਪਾ ਕਰਨੀ ਇਸੇ ਤਰ੍ਹਾਂ ਆਉਣ ਵਾਲੇ ਸਮੇਂ ਦੇ ਵਿੱਚ ਆਪ ਜੀ ਕਿਰਪਾ ਕਰਿਓ ਜਿਹੜੇ ਰਹਿੰਦੇ ਕਾਰਜ ਨੇ ਸੱਚੇ ਪਾਤਸ਼ਾਹ ਜੀ ਆਪ ਜੀਆਂ ਨੇ ਉਹ ਵੀ ਸੰਪੂਰ ਕਰ ਦੇਣੇ ਇਸੇ ਤਰ੍ਹਾਂ ਖਾਲਸਾ ਪੰਥ ਸੱਚੇ ਪਾਤਸ਼ਾਹ ਜੀ ਉਹ ਜੂਝਦਾ ਰਹੇ ਤੇਰੇ ਪੰਥ 'ਤੇ ਮਿਹਰ ਬਣਾ ਕੇ ਰੱਖੀ ਸਤਿਗੁਰੂ ਮਹਾਰਾਜ ਕਿਰਪਾ ਕਰੋ ਸਾਰੇ ਪੰਥ ਨੂੰ ਏਕਾ ਇਤਫਾਕ ਬਖਸ਼ ਕਰੋ ਜੋ ਵੀ ਗੁਰਮੁਖ ਪਿਆਰੇ ਜਥੇਬੰਦੀਆਂ ਦਲ ਪੰਥ ਸੱਚੇ ਪਾਤਸ਼ਾਹ ਜੀ ਸੰਯੁਕਤ ਮੋਰਚੇ ਦੇ ਕਿਸਾਨ ਆਗੂ ਸੱਚੇ ਪਾਤਸ਼ਾਹ ਜੀ ਇਸ ਸਕੈਂਡਲ ਮਾਰਚ ਦੇ ਸ਼ਾਮਿਲ ਹੋਏ ਨੇ ਸਭ ਦੀਆਂ ਹਾਜ਼ਰੀਆਂ ਸੇਵਾਵਾਂ ਸੱਚੇ ਪਾਤਸ਼ਾਹ ਜੀ ਮਨਜ਼ੂਰ ਕਰਨੀਆਂ ਆਗਿਆ ਦਿਓ ਉਹਨਾਂ ਸਾਰੇ ਸਮੁੱਚੇ ਕਿਸਾਨਾਂ ਵੀਰਾਂ ਨੂੰ ਬੀਬੀਆਂ ਨੂੰ ਬੱਚਿਆਂ ਨੂੰ ਸਾਰਿਆਂ ਨੂੰ ਸੱਚੇ ਪਾਤਸ਼ਾਹ ਸ਼ਰਧਾਂਜਲੀ ਮਨਜ਼ੂਰ ਕਰਿਓ ਸਭ ਦੀਆਂ ਹਾਜ਼ਰੀਆਂ ਸੱਚਖੰਡ ਪੁਰਾਉਣ ਕਰੋ ਆਉਣ ਵਾਲੇ ਸਮੇਂ ਦੇ ਵਿੱਚ ਏਕਤਾ ਇਤਫਾਕ ਬਣਾ ਕੇ ਰੱਖਿਓ ਰਹਿੰਦੇ ਕਾਰਜ ਸੰਪੂਰਨ ਕਰੋ ਆਪ ਦਰ 'ਤੇ ਜੋ ਆਵੇ ਸੋ ਰਾਜੀ ਜਾਏ ਮੂੰਹੋਂ ਮੰਗੀਆਂ ਮੁਰਾਦਾਂ ਪਾਵੇ ਆਪਦੇ ਖਾਲਸੇ ਨੇ ਅੜੇ ਸੋ ਝੜੇ ਸਨ ਭਰੇ ਸਰੇ ਧੰਨ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਦੋਹਰਾਇਆ ਗਿਆ ਭਈ ਅਕਾਲ ਕੀ ਤੁਮੇ ਚਲਾਇਓ ਪੰਥ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਗੁਰੂ ਗ੍ਰੰਥ ਜੀ ਮਾਨਿਓ ਪਰਗੁਰ ਗੁਰਾਂ ਕੀ ਤੇ ਜੋ ਪ੍ਰਭ ਕੋ ਮਿਲਵੋ ਚਹੈ ਕੋਜ ਸ਼ਬਦ ਮੈਲੇ ਰਾਜ ਕਰੇਗਾ ਅਕਾਲ ਸਾਇਆ ਕੀ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੁਤਰੇ ਪਾਰ ਜੋ ਸਰਦਾ ਕਰ ਸੀਮਦੀ ਗੁਰ ਪਾਰ ਉਤਾਰਨਾ ਜੋ ਸਰਦਾ ਕਰ ਸੀਮਦੀ ਗੁਰ ਪਾਰ ਉਤਾਰਨਾ ਗੱਜ ਗਿਜ ਕਰੇ ਗਜਾਵੇ ਫਤਿਹ ਪਾਵੇ ਸਮੂਹ ਸੀਤਾ ਸਿੰਘਾਂ ਨੂੰ ਪਾਵੇ ਦਿਨੋ ਦਿਨ ਚੜ੍ਹਦੀ ਕਲਾ ਹੋ ਜਾਵੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਮਾਤਾ ਸਾਹਿਬ ਗੁਰ ਦੇ ਮਨ ਨੂੰ ਪਾਵੇ ਉਸ ਨੂੰ ਕਿਨਿਆਲ ਹੋ ਜਾਵੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ।
ਬੁਲੇ ਸੋ ਨਿਹਾਰ। ਸੋ ਸਿੰਘੂ ਬਾਰਡਰ ਦੀ ਸਟੇਜ ਤੇ ਅਰਦਾਸ ਹੋਈ ਹੈ ਔਰ ਹੁਣ ਜੋ ਕੈਂਡਲ ਮਾਰਚ ਹੈ ਉਹ ਅੱਗੇ ਜਾ ਰਿਹਾ, ਅੱਗੇ ਵੱਧ ਰਿਹਾ ਕੈਂਡਲ ਮਾਰਚ, ਜਿਸ ਦੀ ਤਸਵੀਰ ਅਸੀਂ ਤੁਹਾਨੂੰ ਦਿਖਾ ਰਹੇ ਹਾਂ। ਸ਼ਹੀਦ ਹੋਏ ਕਿਸਾਨਾਂ ਨੂੰ ਸਮਰਪਿਤ ਇਹ ਕੈਂਡਲ ਮਾਰਚ ਹੈ, ਜੋ ਕਿਸਾਨ ਸ਼ਹੀਦ ਹੋਏ ਨੇ, ਜਿਨ੍ਹਾਂ ਨੇ ਸ਼ਹਾਦਤ ਦਿੱਤੀ ਹੈ, ਜਿਨ੍ਹਾਂ ਦਾ ਵਡਮੁੱਲਾ ਯੋਗਦਾਨ ਇਸ ਸੰਘਰਸ਼ ਦੇ ਵਿੱਚ, ਇਸ ਅੰਦੋਲਨ ਦੇ ਵਿੱਚ ਰਿਹਾ ਹੈ ਔਰ 700 ਸ਼ਹੀਦੀਆਂ ਹੋਈਆਂ ਇਸ ਅੰਦੋਲਨ ਦੇ ਵਿੱਚ। ਉਹਨਾਂ ਤਮਾਮ ਸ਼ਹੀਦਾਂ ਨੂੰ ਸ਼ਰਧਾਂਜਲੀ ਅਰਪਿਤ ਕੀਤੀ ਗਈ ਹੈ, ਉਹਨਾਂ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ ਹੈ, ਉਹਨਾਂ ਸ਼ਹੀਦਾਂ ਨੂੰ, ਸ਼ਹੀਦ ਕਿਸਾਨਾਂ ਨੂੰ ਯਾਦ ਕੀਤਾ ਗਿਆ, ਕੈਂਡਲ ਮਾਰਚ ਕੱਢਿਆ ਗਿਆ, ਜਿਸ ਦੀ ਤਸਵੀਰ ਅਸੀਂ ਤੁਹਾਨੂੰ ਦਿਖਾ ਰਹੇ ਹਾਂ। ਸਿੱਧੀ ਤਸਵੀਰ ਜਿਹੜੀ ਹੈ ਕੈਂਡਲ ਮਾਰਚ ਸਿੰਘੂ ਸਟੇਜ 'ਤੇ, ਸਿੰਘੂ ਬਾਰਡਰ ਦੀ ਸਟੇਜ ਤੋਂ ਇਹ ਸਿੱਧੀਆਂ ਤਸਵੀਰਾਂ ਜੋ ਕਿ ਤੁਸੀਂ ਦੇਖ ਰਹੇ ਹੋ ਆਪਣੀ ਸਕਰੀਨ ਦੇ ਉੱਪਰ, ਕੈਂਡਲ ਮਾਰਚ ਦੀਆਂ ਇਹ ਤਸਵੀਰਾਂ। ਔਰ ਭਾਈ ਬਰਜਿੰਦਰ ਸਿੰਘ ਹੁਸੈਨਪੁਰ ਵੀ ਸਾਡੇ ਨਾਲ ਨੇ, ਇਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ। ਭਾਈ ਸਾਹਿਬ, ਸੈਂਕੜੇ ਕਿਸਾਨਾਂ ਦੀ ਸ਼ਹਾਦਤ ਔਰ ਲਗਾਤਾਰ ਪਹਿਲਾਂ ਵੀ ਤੁਹਾਡੇ ਵੱਲੋਂ ਅਨਾਊਂਸ ਇਹ ਕੀਤਾ ਗਿਆ ਸੀ ਕਿ ਜੋ ਵੀ ਸਾਡੇ ਤੋਂ ਹੋ ਪਾਏਗਾ ਅਸੀਂ ਆਪਣੇ ਇਲਾਕੇ ਦੇ ਸ਼ਹੀਦਾਂ ਲਈ ਸੇਵਾ ਕਰਾਂਗੇ, ਸਪੋਰਟ ਕਰਾਂਗੇ। ਕਿਸ ਤਰ੍ਹਾਂ ਦੇਖਦੇ ਹੋ ਅੱਜ ਦਾ ਦਿਨ? ਬਹੁਤ ਇਤਿਹਾਸਕ ਦਿਨ ਹੈ, ਸਰਕਾਰ ਨੇ ਜਿੱਦਾਂ ਖੇਤੀਬਾੜੀ ਕਾਨੂੰਨ ਲਾਗੂ ਕੀਤੇ ਸੀ ਉਸੇ ਤਰ੍ਹਾਂ ਲੋਕ ਸਭਾ ਅਤੇ ਰਾਜ ਸਭਾ 'ਚ ਰੱਦ ਕਰ ਦਿੱਤੇ। ਪਹਿਲਾਂ ਤਾਂ ਪ੍ਰੋ ਪੰਜਾਬ ਦੇ ਸਾਰੇ ਹੀ ਦਰਸ਼ਕਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਬਹੁਤ ਹੀ ਇਤਿਹਾਸਕ ਦਿਨ ਆ, ਜਿਸ ਵਿੱਚ ਅੱਜ ਲੋਕ ਸਭਾ ਅਤੇ ਰਾਜ ਸਭਾ ਦੇ ਵਿੱਚ ਇਹ ਦੋਨੋਂ ਬਿੱਲ ਜਿਹੜੇ ਖਤਮ ਹੋ ਚੁੱਕੇ ਹਨ, ਜਿੱਥੇ ਇਹ ਬਹੁਤ ਖੁਸ਼ੀ ਦਾ ਦਿਨ ਆ। ਅੱਜ ਅਸੀਂ ਉਹਨਾਂ ਕਿਸਾਨਾਂ ਨੂੰ ਸ਼ਰਧਾਂਜਲੀ ਅਰਪਣ ਕਰਨ ਲਈ ਕੈਂਡਲ ਮਾਰਚ ਕੱਢਿਆ, ਕਿਉਂਕਿ ਅਸੀਂ ਆਪਣੇ ਸ਼ਹੀਦਾਂ ਨੂੰ ਕਦੇ ਵੀ ਨਹੀਂ ਵਿਸਾਰ ਸਕਦੇ, ਜਿਨ੍ਹਾਂ ਨੇ ਇੰਨੀ ਇੱਕ ਸਾਲ ਤੋਂ ਸਾਡੇ ਬਜ਼ੁਰਗਾਂ, ਨੌਜਵਾਨ, ਮਾਤਾਵਾਂ, ਭੈਣਾਂ ਨੇ ਇਸ ਮੋਰਚੇ ਵਿੱਚ ਵੱਧ ਚੜ੍ਹ ਕੇ ਹਿੱਸਾ ਲਿਆ। ਸੋ ਉਹਨਾਂ ਦੀ ਸ਼ਹਾਦਤ ਨੂੰ ਅਸੀਂ ਬਹੁਤ ਹੀ ਅਹਿਮੀਅਤ ਦਿੰਦੇ ਹੋਏ ਸਾਰੇ ਹੀ ਸ਼ਹੀਦਾਂ ਨੂੰ ਬਹੁਤ ਬਹੁਤ ਸ਼ਰਧਾਂਜਲੀ ਦਿੰਦੇ ਹਾਂ ਔਰ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਉਹਨਾਂ ਸ਼ਹੀਦਾਂ ਨੂੰ, ਉਹਨਾਂ ਦੇ ਬੱਚਿਆਂ ਨੂੰ ਸੰਭਾਲਣ ਲਈ, ਉਹਨਾਂ ਦੇ ਘਰਾਂ ਦੀ ਸਾਂਭ ਸੰਭਾਲ ਲਈ ਉਹਨਾਂ ਦੇ ਬੱਚਿਆਂ ਨੂੰ ਨੌਕਰੀ ਦਿੱਤੀ ਜਾਵੇ ਔਰ ਉਹਨਾਂ ਦਾ ਜੋ ਵੀ ਬਣਦਾ ਮੁਆਵਜ਼ਾ ਆ ਉਹ ਜ਼ਰੂਰ ਦਿੱਤਾ ਜਾਵੇ ਜੀ। ਠੀਕ ਹੈ, ਤੁਹਾਡੇ ਵੱਲੋਂ ਪਹਿਲਾਂ ਵੀ ਅਨਾਊਂਸਮੈਂਟ ਕੀਤੀ ਗਈ ਸੀ, ਕਿਸ ਤਰ੍ਹਾਂ ਦੇਖਦੇ ਹੋ ਬਾਈ ਜੀ ਲੰਬਾ ਸੰਘਰਸ਼ ਚੱਲਿਆ ਔਰ ਸਰਕਾਰ ਵੱਲੋਂ ਅਜੇ ਤੱਕ ਇਹੋ ਜਿਹਾ ਕੋਈ, ਕੇਂਦਰ ਸਰਕਾਰ ਵੱਲੋਂ ਕੋਈ ਅਨਾਊਂਸਮੈਂਟ ਨਹੀਂ ਕੀਤਾ ਗਿਆ, ਤੁਹਾਨੂੰ ਕੀ ਲੱਗਦਾ ਕੀ ਹੋਣਾ ਚਾਹੀਦਾ ਕੰਪਨਸੇਸ਼ਨ ਦੇ ਤੌਰ 'ਤੇ? ਕੰਪਨਸੇਸ਼ਨ ਪਹਿਲ ਦੇ ਆਧਾਰ 'ਤੇ ਤਾਂ ਉਹਨਾਂ ਦੇ ਪਰਿਵਾਰ ਨੂੰ ਜਿਹੜੀ ਸਰਕਾਰੀ ਨੌਕਰੀ ਮਿਲਣਾ ਬਹੁਤ ਜ਼ਿਆਦਾ ਜ਼ਰੂਰੀ ਆ, ਤਾਂ ਕਿ ਜਿਹੜਾ ਉਹਨਾਂ ਦੇ ਕਮਾਊ ਜਿਹੜਾ ਬੰਦਾ ਸੀ ਉਹ ਘਰੋਂ ਜਾ ਚੁੱਕਿਆ ਆ, ਤਾਂ ਉਹਨਾਂ ਦੇ ਘਰ ਦੇ ਰੁਜ਼ਗਾਰ ਗੁਜ਼ਰਾਨ ਦੇ ਵਾਸਤੇ ਜਿਹੜਾ ਬਹੁਤ ਜ਼ਰੂਰੀ ਆ ਕਿ ਸਰਕਾਰ ਘੱਟੋ ਘੱਟ ਇੱਕ ਨੌਕਰੀ। ਇਹ ਹੁਣ ਜਦੋਂ ਸੰਯੁਕਤ ਮੋਰਚੇ ਸਾਡੀਆਂ ਕਿਸਾਨ ਜਥੇਬੰਦੀਆਂ ਪਿੰਡ ਪੱਧਰ 'ਤੇ, ਸਾਡੇ ਵੀ ਆਪਣੇ ਫਰਜ਼ ਹਨ ਜਿਹੜੇ ਸਾਡੇ ਇਲਾਕਿਆਂ ਦੇ ਵਿੱਚ ਹੈਗੇ, ਸਾਨੂੰ ਉਹ ਆਈਡੈਂਟੀਫਾਈ ਪਰਿਵਾਰ ਕਰਕੇ ਜੋ ਅਸੀਂ ਸਮਾਜਿਕ ਤੌਰ 'ਤੇ ਜੋ ਸਾਡੇ NRI ਵੀਰ ਹਨ, ਪਰ ਇਹ ਇੱਕ ਲੰਬੇ ਸਮੇਂ ਦੀ ਵਿਵਸਥਾ ਬਣਾਉਣ ਲਈ ਸਾਡੀ ਸਰਕਾਰ ਵੱਲੋਂ ਮੰਗਿਆ ਕਿ ਉਹਨਾਂ ਦੇ ਬੱਚਿਆਂ ਦੇ ਲਈ ਟੇਕੇ, ਉਹਨਾਂ ਦੀ ਸਾਂਭ ਸੰਭਾਲ ਲਈ ਘੱਟੋ ਘੱਟ ਇੱਕ ਨੌਕਰੀ ਜ਼ਰੂਰ ਦਿੱਤੀ ਜਾਵੇ ਜੀ। ਤੁਹਾਡੇ ਵੱਲੋਂ ਵੀ ਕੋਈ ਕੋਸ਼ਿਸ਼ ਕੀਤੀ ਜਾਏਗੀ ਸਰਕਾਰ ਤੱਕ ਅਪਰੋਚ ਲਈ? ਅਗਰ ਪਹਿਲੀ ਤਾਂ ਗੱਲ, ਅਸੀਂ ਕਿਸਾਨ ਮੋਰਚਾ ਵੀ ਟਰਾਈ ਕਰ ਰਿਹਾ, ਤੁਹਾਨੂੰ ਕੀ ਲੱਗਦਾ ਪੰਜਾਬ ਸਰਕਾਰ ਤਾਂ ਕਰ ਰਹੀ ਹੈ, ਦੂਸਰੇ ਸੂਬਿਆਂ ਵਾਸਤੇ ਕੀ ਹੋਣਾ ਚਾਹੀਦਾ? ਜਿੱਦਾਂ ਪੰਜਾਬ ਦੇ ਵਿੱਚ ਮੰਨ ਲਓ ਕਿ ਕਾਂਗਰਸ ਦੀ ਸਰਕਾਰ ਹੈ, ਪਰ ਹਰਿਆਣਾ ਦੇ ਵਿੱਚ ਕਿਤੇ ਨਾ ਕਿਤੇ ਪੇ ਚੜ੍ਹਦਾ ਹੋਇਆ ਨਜ਼ਰ ਆਊਗਾ ਜਾਂ ਉੱਤਰ ਪ੍ਰਦੇਸ਼ ਦੇ ਵਿੱਚ? ਇਹ ਤਾਂ ਜਦੋਂ ਸਾਰੀਆਂ ਸਮੂਹਕ ਕਿਸਾਨ ਜਥੇਬੰਦੀਆਂ ਬੈਠ ਕੇ ਫੈਸਲਾ ਕਰਨਗੀਆਂ, ਮੇਰੇ ਖਿਆਲ 'ਚ ਜਦੋਂ ਸ਼ਹੀਦਾਂ ਦੀ ਗੱਲ ਆਉਂਦੀ ਆ ਉਹਦੇ ਵਿੱਚ ਸੂਬਿਆਂ ਦੀ ਗੱਲ ਨੂੰ ਛੱਡ ਕੇ ਸਾਡੀਆਂ ਸੰਯੁਕਤ ਜਿਹੜੀਆਂ ਕਿਸਾਨ ਮੋਰਚਾ ਆ ਉਹਨਾਂ ਨੂੰ ਸਾਰੇ ਹੀ ਜੋ ਵੀ ਕਿਸਾਨ ਕਿਸੇ ਵੀ ਸੂਬੇ ਦੇ ਸ਼ਹੀਦ ਹੋਏ ਹਨ ਉਹਨਾਂ ਦੇ ਪਹਿਲ ਦੇ ਆਧਾਰ 'ਤੇ ਸਾਨੂੰ ਇਹ ਮਸਲੇ ਹੱਲ ਕਰਨੇ ਚਾਹੀਦੇ ਆ ਔਰ ਅਸੀਂ ਆਪਣੀ ਨਰੋਆ ਪੰਜਾਬ ਸੰਸਥਾ ਵੱਲੋਂ ਆਪਣੇ ਜ਼ਿਲ੍ਹੇ ਦੇ ਵਿੱਚ ਵੀ ਅਸੀਂ ਆਪਣੀਆਂ ਕਿਸਾਨ ਜਥੇਬੰਦੀਆਂ ਦੇ ਨਾਲ ਜੋ ਵੀ ਅਸੀਂ ਉੱਥੇ ਜਿਹੜੇ ਸਾਡੇ ਕਿਸਾਨ ਸ਼ਹੀਦ ਹੋਏ ਹੋਊਗੇ ਅਸੀਂ ਆਈਡੈਂਟੀਫਾਈ ਕਰਕੇ ਉਹਨਾਂ ਦੀ ਪਰਿਵਾਰਾਂ ਤੱਕ ਅਸੀਂ ਪਹੁੰਚ ਕਰਾਂਗੇ। ਪਰ ਫਿਰ ਉਹੀ ਗੱਲ, ਇਹ ਇੱਕ ਨਿੱਜੀ ਨਹੀਂ, ਕਿਉਂਕਿ ਇਹ ਬਹੁਤ ਪਰਿਵਾਰ ਲੰਬੇ ਸਾਲਾਂ ਬੱਧੀ ਉਹਨਾਂ ਦਾ ਗੁਜ਼ਰਾਨ ਦੀ ਜ਼ਰੂਰਤ ਹੁੰਦੀ ਆ, ਸੋ ਇਹਦੇ ਲਈ ਸਾਨੂੰ ਸਰਕਾਰ ਦੀ ਜਿਹੜੀ ਸਾਡੀ ਪੁਰਜ਼ੋਰ ਮੰਗ ਆ ਅਸੀਂ ਉਹ ਉਸ ਨੂੰ ਅਸੀਂ ਕਿਸੇ ਵੀ ਰੂਪ ਦੇ ਵਿੱਚ ਸਾਨੂੰ ਸਫਲ ਕਰਨਾ ਚਾਹੀਦਾ ਆ। ਬਾਈ ਗੰਗਵੀਰ ਹੁਣੇ ਵੀ ਨੇ, ਬਾਈ ਹੁਣਾਂ
ਦਾ ਵੀ ਵੱਡਾ ਸਪੋਰਟ ਰਿਹਾ। ਐਨ ਆਰ ਆਈ ਭਰਾਵਾਂ ਨੇ ਬਹੁਤ ਸਪੋਰਟ ਕੀਤਾ ਇਸ ਅੰਦੋਲਨ ਨੂੰ, ਇਸ ਨੂੰ ਨਕਾਰਿਆ ਨਹੀਂ ਜਾ ਸਕਦਾ। ਇਹ ਵੀ ਚੀਜ਼ ਜਦੋਂ ਕਦੇ ਇਤਿਹਾਸ ਲਿਖਿਆ ਗਿਆ ਤਾਂ ਇਹ ਵੀ ਚੀਜ਼ ਨੋਟ ਹੋਣੀ ਆ ਵੀ ਐਨ ਆਰ ਆਈ ਭਰਾਵਾਂ ਨੇ ਕਿਸ ਤਰ੍ਹਾਂ ਸਪੋਰਟ ਕੀਤਾ। ਬਾਈ ਹੁਣਾਂ ਨੇ ਪਹਿਲਾਂ ਵੀ ਅਨਾਊਂਸ ਕੀਤਾ ਕਿ ਅਸੀਂ ਜਥੇਬੰਦੀਆਂ ਨਾਲ ਗੱਲਬਾਤ ਕਰਾਂਗੇ ਔਰ ਜਿੱਦਾਂ ਵੀ ਬਣਦਾ ਸਰਦਾ ਹੋਊਗਾ ਉਹਨਾਂ ਦੀ ਸਪੋਰਟ ਕਰਾਂਗੇ। ਤੁਹਾਨੂੰ ਕੀ ਲੱਗਦਾ, ਇਹ ਲਿਸਟ ਤਾਂ ਬਹੁਤ ਲੰਬੀ ਹੈ, 700 ਦੇ ਕਰੀਬ ਕਿਸਾਨ ਨੇ ਔਰ 600 ਦੇ ਕਰੀਬ ਤਾਂ ਪੰਜਾਬ ਤੋਂ ਹੀ ਨੇ ਕਿਸਾਨ, ਕੀ ਹੋਣਾ ਚਾਹੀਦਾ, ਕੀ ਲੱਗਦਾ ਤੁਹਾਨੂੰ? ਦੇਖੋ ਜਿਹੜੇ ਇਹ ਕਾਨੂੰਨ ਸੀਗੇ ਇਹ ਸਰਕਾਰ ਨੇ ਜ਼ਬਰਦਸਤੀ ਥੋਪੇ ਸੀਗੇ ਅਤੇ ਲੋਕਾਂ ਨੂੰ ਆਪਣਾ ਜਿਹੜਾ ਸੀਗਾ ਵਿਰੋਧ ਕਰਨ ਦਾ ਹੱਕ ਹੈ, ਲੋਕਤੰਤਰ ਦੇ ਵਿੱਚ ਹਰੇਕ ਨੂੰ ਆਪਣੀ ਗੱਲ ਰੱਖਣ ਦਾ ਹੱਕ ਹੈ। ਉਸ ਜੱਦੋਜਹਿਦ ਦੇ ਵਿੱਚ ਜੋ ਵੀ ਕਿਸਾਨ ਸ਼ਹੀਦ ਹੋ ਗਏ ਜਾਂ ਜਿਹੜੇ ਸਾਡੇ ਤੋਂ ਵਿਛੜ ਗਏ ਉਹਨਾਂ ਲਈ ਜੋ ਵੀ ਉਹਨਾਂ ਦੀ ਸ਼ਹਾਦਤ ਹੋਈ ਆ ਉਹਦੇ ਲਈ ਸਰਕਾਰ ਜ਼ਿੰਮੇਵਾਰ ਹੈ। ਸੋ ਇਹ ਸਰਕਾਰ ਦੀ ਜ਼ਿੰਮੇਵਾਰੀ ਸੀ, ਲੋਕ ਜੇ ਅੱਜ ਸੜਕਾਂ 'ਤੇ ਬੈਠੇ ਆ ਤਾਂ ਇਹ ਵੀ ਸਰਕਾਰ ਦੀ ਫੇਲੀਅਰ ਸੀਗੀ, ਠੀਕ ਹੈ ਨਾ। ਤੋ ਸਰਕਾਰ ਹੀ ਇਸ ਮਸਲੇ ਨੂੰ ਨਜਿੱਠੇ ਅਤੇ ਉਹਨਾਂ ਨੂੰ ਇੱਕ ਤਾਂ ਉਹਨਾਂ ਦੇ ਗੁਜ਼ਰ ਬਸਰ ਲਈ ਸਹੀ ਸਨਮਾਨਜਨਕ ਮੁਆਵਜ਼ਾ ਦੇਵੇ ਅਤੇ ਜਿੰਨੇ ਕੁ ਨੌਕਰੀਆਂ ਦਾ ਪ੍ਰਬੰਧ ਸਰਕਾਰ ਜਿਹੜੇ ਸੀਗੇ ਹਰੇਕ ਟੱਬਰ ਨੂੰ ਜਿੱਥੇ ਵੀ ਜੋ ਜੋ ਬਣਦਾ ਹੈ ਉਹ ਪ੍ਰਬੰਧ ਕਰਕੇ ਦੇਵੇ, ਕਿਉਂਕਿ ਕੇਂਦਰ ਸਰਕਾਰ ਦੀ ਨਾਕਾਮੀ ਦੇ ਸਿੱਟੇ ਵਜੋਂ ਹੀ ਇਹ ਸਾਰਾ ਕਿਸਾਨ ਸੰਘਰਸ਼ ਉੱਠਿਆ ਹੈ। ਸੋ ਬਾਈ ਬਰਜਿੰਦਰ ਸਿੰਘ ਹੁਸੈਨਪੁਰ ਹੋਣੀ ਸਾਡੇ ਨਾਲ ਸਨ, ਗੰਗਵੀਰ ਰਾਠੌਰ ਹੋਣੀ ਸਾਡੇ ਨਾਲ ਸਨ, ਔਰ ਸਭ ਤੋਂ ਪਹਿਲਾਂ ਤਾਂ ਅੱਜ ਕਿਸਾਨ ਮੋਰਚੇ ਦੀ ਫਤਿਹ ਹੋਈ ਹੈ, ਕੈਂਡਲ ਮਾਰਚ ਕੱਢਿਆ ਗਿਆ, ਉਹਨਾਂ ਸ਼ਹੀਦਾਂ ਨੂੰ ਸਮਰਪਿਤ ਕੀਤਾ ਗਿਆ, ਉਹਨਾਂ ਸ਼ਹੀਦਾਂ ਨੂੰ ਯਾਦ ਕੀਤਾ ਗਿਆ ਜੋ ਸੈਂਕੜੇ ਕਿਸਾਨ ਇਸ ਅੰਦੋਲਨ ਦੇ ਵਿੱਚ ਸ਼ਹੀਦ ਹੋਏ ਨੇ, ਅਤੇ ਨਾਲ ਹੀ ਬਰਜਿੰਦਰ ਸਿੰਘ ਹੁਸੈਨਪੁਰ ਸਮੇਤ ਤਮਾਮ ਜੋ ਲੋਕ ਨੇ ਉਹਨਾਂ ਵੱਲੋਂ ਇਹ ਕਿਹਾ ਜਾ ਰਿਹਾ ਕਿ ਸੰਯੁਕਤ ਕਿਸਾਨ ਮੋਰਚਾ ਇਸ ਚੀਜ਼ ਨੂੰ ਵੀ ਅੱਗੇ ਲੈ ਕੇ ਆਵੇ। ਤੂੰ ਭਗਤ ਖੇਤਾਂ ਦਾ ਪਾਣੀ ਵੱਢ ਲਿਆ, ਇਸ ਵਾਰ ਤਾਂ ਤੂੰ ਗਲਤੀ ਕਰ ਲਈ ਹੈ, ਪਰ ਜੇ ਗਲਤੀ ਦੁਬਾਰਾ ਦੁਹਰਾਈ ਨਾ ਮੈਂ ਤੇਰਾ ਮੂੰਹ ਕਾ ਬੰਦ ਕਰ ਦਾਂਗਾ। ਮੈਂ ਮਿੱਠਾ ਚਾਚਾ ਬੋਲ ਰਿਹਾ, ਇਹ ਮੇਰਾ ਨੰਬਰ ਨਹੀਂ ਸੇਵ ਕੀਤਾ ਤੂੰ?